ਤਸਵੀਰ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਅੰਮ੍ਰਿਤਸਰ ਸਿਫਤੀ ਦਾ ਘਰ, ਜਿੱਥੇ ਅੱਜ ਅਸੀਂ ਪਹੁੰਚ ਚੁੱਕੇ ਹਾਂ। ਇੱਥੇ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਹਰਦੀਪ ਸਿੰਘ ਪੁਰੀ, ਉਹ ਸਾਡਾ ਮਿਲ ਸਕਿਆ। ਪੁਰੀ ਸਾਹਿਬ ਬਹੁਤ ਸਵਾਗਤ ਕਰਦਾ। ਪੁਰੀ ਸਾਹਿਬ ਕਿਵੇਂ ਚੱਲ ਰਹੀ ਗੱਲ? ਵਧੀਆ। ਪੁਰੀ ਸਾਹਿਬ ਤੁਹਾਡੇ ਤੇ ਵਿਰੋਧੀ ਸਿਰਫ ਇੱਕੋ ਹੀ ਅਟੈਕ ਕਰ ਰਹੇ ਪਏ। ਮੈਂ ਆਊਟਸਾਈਡਰ ਹਾਂ। ਆਊਟਸਾਈਡਰ, ਇਹਦਾ ਕੀ ਜਵਾਬ? ਮੈਨੂੰ ਜਵਾਬ ਦੇਣ ਦੀ ਜ਼ਰੂਰਤ ਹੀ ਨਹੀਂ ਹੈ। ਗੁਰੂ ਰਾਮਦਾਸ ਨੇ ਗੁਰੂ ਦੀ ਨਗਰੀ ਬਣਾਈ ਸੀਗੀ, ਹਰ ਇੱਕ ਸਿੱਖ ਵਾਸਤੇ, ਹਰ ਇੱਕ ਪੰਜਾਬੀ ਵਾਸਤੇ ਇੱਕ ਆਪਣਾ ਘਰ ਹੋਣਾ ਚਾਹੀਦਾ। ਅਤੇ ਇਹ ਤਾਂ ਹੋ ਗਈ ਓਵਰਆਲ। ਦੂਜਾ, ਮੇਰੇ ਨਾਨਾ ਜੀ ਰਾਉਲਟ ਐਕਟ ਦੇ ਖਿਲਾਫ ਦਾ ਅੰਦੋਲਨ ਹੋ ਰਿਹਾ ਸੀ 1919 ਵਿੱਚ, ਜਲਿਆਂਵਾਲਾ ਬਾਗ ਵਿੱਚ ਇੰਜਰ ਹੋਏ। ਮੇਰੇ ਆਪਣੇ ਪਿਤਾ ਜੀ 1947 ਜਿਹੜੀ ਆਖਰੀ ਕੰਟੇਨਮੈਂਟ ਜੋ ਸੇਫ ਸੀ ਉਹਦੇ 'ਚ ਆਏ। ਫੈਮਿਲੀ ਨੇ ਅੰਮ੍ਰਿਤਸਰ ਵਿੱਚ ਰਿਫਿਊਜੀ ਬਣੇ। ਸਾਰੀ ਫੈਮਿਲੀ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ, ਕਿਉਂਕਿ ਮੇਰੇ ਫਾਦਰ ਵੀ ਫੋਰਨ ਸਰਵਿਸ ਸੀਗੇ ਅਤੇ ਮੇਰਾ ਜਨਮ ਅੰਮ੍ਰਿਤਸਰ ਨਹੀਂ ਹੋਇਆ, ਪਰ ਮੈਂ 4 ਸਾਲ ਦੀ ਉਮਰ ਤੋਂ ਅੰਮ੍ਰਿਤਸਰ ਰੈਗੂਲਰਲੀ ਆ ਰਿਹਾ। ਠੀਕ ਆ। ਦੂਜਾ, ਮੈਂ ਸ਼ਕਲ ਸੂਰਤ ਤੋਂ ਵੀ ਆਊਟਸਾਈਡਰ ਨਹੀਂ ਲੱਗਦਾ। ਅਗਰ ਤੁਸੀਂ ਇਹ ਡੈਫੀਨੇਸ਼ਨ ਕਰੋ ਭੂਮੀ ਪੁੱਤਰ ਦੀ, ਤਾਂ ਮਤਲਬ ਆਦਮੀ ਇਲੈਕਸ਼ਨ ਉਹੀ ਲੜ ਪਾਏਗਾ ਜਿੱਥੇ ਉਹਦੀ ਪੈਦਾਸ਼ ਹੋਈ ਹੈ। ਇਹ ਤਾਂ ਚਲੀਆਂ ਮਾਰਨ ਵਾਲੀ ਗੱਲ ਹੈ। ਉਹਦਾ ਜਿਹੜਾ ਲੀਡਰ ਹੈਗਾ ਔਜਲੇ ਦਾ, ਰਾਹੁਲ ਗਾਂਧੀ, ਉਹਦਾ ਪਰਿਵਾਰ ਪਿਛਲੇ 70 ਸਾਲ ਤੋਂ ਅਮੇਠੀ ਅਤੇ ਰਾਏਬਰੇਲੀ ਤੋਂ ਇਲੈਕਸ਼ਨ ਲੜ ਰਿਹਾ। ਉਹ ਇਨਸਾਈਡਰ ਹੈਗੇ ਉੱਥੋਂ ਦੇ। ਦੂਜਾ, ਹੁਣ ਜਿਹੜਾ ਕੇਰਲਾ ਤੋਂ ਲੜ ਰਿਹਾ, ਕੀ ਵਾਇਨਾਡ ਤੋਂ ਲੜ ਰਿਹਾ ਇਲੈਕਸ਼ਨ, ਉਹ ਇਨਸਾਈਡਰ ਹੈਗਾ ਉੱਥੇ। ਹੋਰ ਕੋਈ ਮੁੱਦਾ ਨਹੀਂ ਮਿਲਦਾ ਅਤੇ ਫਿਰ ਚਲੀਆਂ ਮਾਰਦੇ, ਇਹੋ ਜਿਹੀ ਗੱਲ ਹੈ। ਪਰ 1-2 ਦਿਨ ਦੇ ਬਾਅਦ ਫਿਰ ਉਹਨਾਂ ਨੇ ਕਿਹਾ ਆਊਟਸਾਈਡਰ ਹੈ। ਫਿਰ ਕਹਿੰਦੇ ਇਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਮੇਰੀ ਪੰਜਾਬੀ ਜਿਹੜੀ ਹੈਗੀ ਇਸਤਰੀ ਅੰਗਰੇਜ਼ੀ ਤੋਂ ਚੰਗੀ ਹੈ, ਉਹਨੂੰ ਛੱਡ ਦਿਓ। ਮੈਂ 45 ਸਾਲ ਮੈਂ ਦੇਸ਼ ਸੇਵਾ ਕੀਤੀ ਹੈ, ਫੋਰਨ ਸਰਵਿਸ ਰਿਹਾ। ਮੈਂ ਨਿਊਯਾਰਕ ਦਾ, ਤੁਸੀਂ ਤੁਹਾਡਾ ਚੈਨਲ ਹੈ, ਮੈਂ ਅੰਬੈਸਡਰ ਪਰਮਨੈਂਟ ਰਿਪ੍ਰੈਜੈਂਟੇਟਿਵ ਸੀ ਉੱਥੇ। ਮੈਂ ਪੰਦੀ ਲੜਾਈ ਮੈਂ ਲੜੀ ਹੈ 2010 ਵਿੱਚ, ਜੋ ਇਹਨਾਂ ਨੇ ਨਵੀਆਂ ਸਿਕਿਉਰਿਟੀ ਇੰਸਟਰਕਸ਼ਨ ਕੀਤੀ ਉਹ ਮੈਂ ਕੀਤਾ। ਅਤੇ ਮੈਨੂੰ ਲੱਗਦਾ ਫਸ ਗਏ ਨੇ, ਇਹਨਾਂ ਨੇ ਇਨਸਾਈਡਰ ਆਊਟਸਾਈਡਰ ਅਟੈਕ ਦੀ ਸ਼ੁਰੂ ਕੀਤੀ ਹੈ। ਮੇਰੇ ਗ੍ਰੈਂਡ ਫਾਦਰ ਕੌਣ ਸੀ ਨਹੀਂ ਸੀਗੇ, ਇਹ ਪਬਲਿਕ ਰਿਕਾਰਡ ਹੈਗਾ। ਦੂਜੀ ਗੱਲ, ਮੈਂ ਕੌਣ ਹੈਗਾ ਉਹ ਵੀ ਪਬਲਿਕ ਰਿਕਾਰਡ ਹੈਗਾ। ਪਰ ਇਹ ਜਿਹੜੀ ਚੁਣਾਵ ਹੈਗਾ, ਇਹ ਜਿਹੜੀ ਇਲੈਕਸ਼ਨ ਹੈਗੀ, ਇਹ ਇਸ ਤੇ ਥੋੜਾ ਕਿ ਤੁਹਾਡਾ ਜਨਮ ਕਿੱਥੇ ਹੋਇਆ ਸੀਗਾ, ਤੁਸੀਂ ਅੰਮ੍ਰਿਤਸਰ ਪੜ੍ਹੇ ਸੀ। ਹਰਦੀਪ ਸਿੰਘ ਪੁਰੀ ਨੂੰ ਕੀ ਲੱਗਦਾ ਕਿ ਤੁਹਾਡੇ ਤੇ ਕਿਹੋ ਜਿਹਾ ਅਟੈਕ ਉਹਨਾਂ ਨੂੰ ਕਰਨਾ ਚਾਹੀਦਾ? ਸਿਰਫ ਆਊਟਸਾਈਡਰ ਵਾਲਾ ਅਟੈਕ ਨਹੀਂ ਕਰਨਾ ਚਾਹੀਦਾ ਸੀ, ਕਿਹੜਾ ਅਟੈਕ ਕਰਨਾ ਚਾਹੀਦਾ ਸੀਗਾ? ਤੁਸੀਂ ਮੰਤਰੀ ਨੇ ਉਹ ਇਹ ਅਟੈਕ ਕਰਨਾ ਚਾਹੀਦਾ ਸੀ? ਨਹੀਂ, ਅਟੈਕ ਚੁਣਾਵ ਜ਼ਰੂਰੀ ਨਹੀਂ ਹੁੰਦਾ। ਚੁਣਾਵ ਜ਼ਰੂਰੀ ਹੁੰਦਾ ਤੁਸੀਂ ਖੁਦ ਕੀ ਕਰ ਸਕਦੇ ਹੋ, ਤੁਹਾਡਾ ਆਪਣਾ ਟਰੈਕ ਰਿਕਾਰਡ ਕੀ ਹੈ। ਇੱਕ ਆਦਮੀ ਜੋ 2-2.5 ਸਾਲ ਜੋ ਸਾਂਸਦ ਰਿਹਾ, ਉਹਨੇ ਨਾ ਵਿਕਾਸ ਦਾ ਕੰਮ ਅੰਮ੍ਰਿਤਸਰ 'ਚ ਕੀਤਾ, ਉਹਦੇ ਆਪਣੇ ਘਰ ਦੇ ਦਫ਼ਤਰ ਦੇ ਬਾਹਰ ਖੜ੍ਹੇ ਹੈਗੇ, ਉਹ ਤਾਂ ਉਹਨੇ ਠੀਕ ਨਹੀਂ ਕਰਾਇਆ। ਇਹਨੂੰ 5 ਕਰੋੜ ਰੁਪਇਆ ਮਿਲਦਾ ਸਾਲਾਨਾ ਡਿਵੈਲਪਮੈਂਟ ਵਾਸਤੇ, ਉਹਦੇ ਜਿਹਨੇ 20 ਲੱਖ ਰੁਪਇਆ ਲਾ ਕੇ ਦੇ ਦਿੱਤਾ ਅੰਮ੍ਰਿਤਸਰ ਦੇ ਚੰਡੀਗੜ੍ਹ ਦੇ ਗੋਲਫ ਕਲੱਬ ਨੂੰ ਲਾਈਫ ਮੈਂਬਰਸ਼ਿਪ ਲੈਣ ਵਾਸਤੇ। ਸੋ ਇਹੋ ਜਿਹੀ ਜੋ ਪਾਰਟੀ ਹੈਗੀ ਕਰਪਟ ਕਾਂਗਰਸ ਪਾਰਟੀ, ਉਹਨਾਂ ਦਾ ਟਰੈਕ ਰਿਕਾਰਡ ਸਿੱਖਾਂ ਦੇ ਬਾਰੇ, ਇਸ ਦਾ ਵਿਕਾਸ ਦੇ ਬਾਰੇ, ਪਹਿਲੇ ਇਹਨਾਂ ਨੇ 2014 'ਚ ਕੈਪਟਨ ਸਾਹਿਬ ਨੂੰ ਚੁਣਿਆ ਸੀਗਾ, ਕੈਪਟਨ ਸਾਹਿਬ ਅੰਮ੍ਰਿਤਸਰ ਵਾਲੇ ਨੇ, 3 ਸਾਲ ਰਹੇ ਸਾਂਸਦ ਕੈਪਟਨ ਸਾਹਿਬ। ਤੁਹਾਨੂੰ ਪਤਾ ਕਿੰਨੀ ਵਾਰੀ ਪਾਰਲੀਮੈਂਟ ਗਏ? 6 ਵਾਰ, 1 ਵਾਰੀ ਓਥ ਲੈਣ ਅਤੇ 5 ਵਾਰੀ ਹਾਜ਼ਰੀ ਭਰਨ, ਉਹ ਵੀ ਪੂਰਾ ਦਿਨ ਹੀ ਲਗਾ ਕੇ। ਹੁਣ ਇਹਦੇ ਬਾਅਦ ਮੇਰਾ ਟਰੈਕ ਰਿਕਾਰਡ ਸੁਣਨਾ ਚਾਹੁੰਦੇ ਹੋ? ਉਹ ਤੁਹਾਡੇ ਟਰੈਕ ਰਿਕਾਰਡ ਦੀ ਸਵਾਲ ਚੱਲਦੇ ਹੋ, ਤੁਸੀਂ ਕਹਿੰਦੇ ਵੀ ਅੰਮ੍ਰਿਤਸਰ 'ਚ ਖੱਡੇ ਉਹਨਾਂ ਦੇ ਘਰ ਦੇ ਸਾਹਮਣੇ, ਉਹ ਕਹਿੰਦੇ ਵੀ ਅੰਮ੍ਰਿਤਸਰ ਲਈ ਇਹਨਾਂ ਨੇ ਕੀ ਕੀਤਾ? ਪੁਲਿਸ ਮੈਂ ਪਤਾ ਕੀ ਕੀਤਾ ਦੱਸਾਂ? ਸੁਣਨਾ ਚਾਹੋਗੇ? ਬਿਲਕੁਲ। ਦਰਬਾਰ ਸਾਹਿਬ ਦੇ ਬਾਅਦ ਜਿਹੜਾ ਗਲਿਆਰਾ ਬਣਿਆ, 70 ਕਰੋੜ ਰੁਪਇਆ ਕਿੱਥੋਂ ਆਇਆ? ਮੇਰੀ ਹਿਰਦੇ ਸਕੀਮ ਤੋਂ ਆਇਆ, ਮੇਰੀ ਮਿਨਿਸਟਰੀ ਦੀ ਹਿਰਦੇ ਸਕੀਮ। ਜਿਹੜਾ ਜਲਿਆਂਵਾਲਾ ਬਾਗ ਦੀ ਰੈਨੋਵੇਸ਼ਨ ਹੋ ਰਹੀ ਹੈ, ਉਹਦਾ ਟੈਂਡਰ ਖੋਲਿਆ, ਕੌਣ ਕਰ ਰਿਹਾ 20 ਕਰੋੜ ਦਾ ਟੈਂਡਰ? ਅਸੀਂ ਤਾਂ ਕਰ ਰਹੇ, ਮੇਰੀ ਕੰਪਨੀ NBCC ਕਰ ਰਹੀ ਹੈ। ਤੁਹਾਨੂੰ ਪਤਾ ਪਿਛਲੇ ਸਾਲ ਅਪ੍ਰੈਲ ਨੂੰ ਮੋਦੀ ਜੀ ਨੇ ਫੈਸਲਾ ਕੀਤਾ ਕਿ ਜੋ ਵੀ ਉਹਨਾਂ ਦੇ ਕੈਬਨਿਟ ਵਜ਼ੀਰ ਹੈਗੇ ਸਾਰਿਆਂ ਨੂੰ ਜਾ ਕੇ ਕਿਸੇ ਗਰੀਬ ਪਰਿਵਾਰ ਪਿੰਡ ਜਾ ਕੇ 2 ਬਾਰਾਤਾਂ ਬਿਤਾਣੀਆਂ। ਤੁਸੀਂ ਆਏ ਸੀ ਮੁੱਦਲ? ਮੈਂ ਮੁੱਦਲ ਆਇਆ ਸੀ। ਪਤਾ ਕੀ ਹੋਇਆ ਮੁੱਦਲ? ਉਹਦੇ ਬਾਅਦ ਮੁੱਦਲ ਇੱਕਦਮ ਟਰਾਂਸਫਾਰਮ ਹੋ ਗਿਆ ਜੀ। 4.5 ਕਿਲੋਮੀਟਰ ਪੱਕੀਆਂ ਸੜਕਾਂ ਬਣਾਤੀਆਂ, ਇਲੈਕਟ੍ਰਿਕ LED ਲਾਈਟਸ ਲਗਾਤੀਆਂ, ਉੱਥੇ ਜ਼ਮੀਨ ਦਾ ਭਾਅ ਵੱਧ ਗਿਆ। ਹੋਰ ਦੱਸਾਂ ਤੁਹਾਨੂੰ, ਮੈਂ 1600 ਕਰੋੜ ਰੁਪਇਆ ਦਿੱਤਾ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ। ਇਹ ਲੋਕ
अमृतसर वास्ते जो भी असि योजना बनाना चाहते हैं वो पूरे उदे बारे जानकारी दी है। तो मैं ये क्या इतने की कुछ असि कर सकते हैं, पहले तो की किया एक तो प्रधानमंत्री आवास योजना साढ़े हिसाब न डिमांड असैसमेंट इतने होनी चाहिए 3 लाख घर ओके, इन्होंने प्रपोजल 3,00,000-3,600 का बनाया वो असि गरीब परिवारों को करते हैं। गरीब परिवार के घर शौचालय बनाए, पब्लिक कम्यूनिटी शौचालय बनाए हैं, होर जी अमृतसर की डिवेलपमेंट मैं स्कीम तुम्हें गिना दिया दुर्गियाना मंदिर के बाद जो काम हो रहा पुराने शहर जो द्वार है उन्होंने साड़ी कम मिनिस्ट्री का पैसा आके हृदय स्कीम काम हो रहा है। जहां तक अमृतसर की स्मार्ट सिटी का प्रोजेक्ट है, देखो एक गल मैं मानना कि स्मार्ट सिटी जी घोषित होने के बाद 5 साल लगते हैं, पर 2016 सितंबर च अनाउंसमेंट हुई थी। मैं समझना 1600 करोड़ तो बहुत होंगे, अगर 200 करोड़ का भी काम कर दें मई हुई है काम हो सकता सी। पर मैं क्या कि 3 महीने जो भी मेरा संकल्प पत्र है उसका एक्शन प्लान बना रहे हैं। दिसंबर 2019 तक 1600 करोड़40 पैसे क्योंकि डायरेक्टली पैसे आते कर रहे मैंने नहीं कर पा रहे जनता ही दसेगी। जो पिछले चुनाव हुए थे 2017 कैप्टन साहब ने गुटका साहब पे हाथ रख के कुछ वादे किए थे कि 4 हफ्ते के अंदर नशा का हल कर लेंगे, हर एक गरीब परिवार को एक सरकारी नौकरी दे देंगे, नौजवान कर्जे माफ कर देंगे, सघन वास्ते 50,000 रुपए की स्कीम बना देंगे, और जो 12 साल के टाइम पे 15,000 मिलनी थी वो भी मिलनी बंद हो गई, बुजुर्गों को जो पेंशन मिलनी थी 2,500 वो भी बंद हो गई है, वो दसना फॉर्म भरो बचो तो थोड़ा मोबाइल मिल जाएगा। एंड्रॉइड टेक्नोलॉजी की होती है, बच्चा बच्चा एंड्रॉइड टेक्नोलॉजी इस्तेमाल कर रहा, फिर उन्होंने मैं हर एक संगत सामने जो पेश होना मैं सवाल उठाना कि देखो जी तुसी क्या सी कि तुसी फोन दिलवाओगे मोबाइल, फिर उन्होंने जो बयान दिता उन्होंने कहा जी हाँ मैं जो वादा करना वो हमेशा पूरा करना, पर मैं इंतजार कर रहा चुनाव के बाद। कैप्टन साहब वादा किया 2.5 साल पहले वो
ਕਿਹੜੇ ਚੋਣਾਂ ਦੀ ਗੱਲ ਕਰ ਰਹੇ ਹੋ? ਇਹਦਾ ਐਤਵਾਰ 19 ਮਈ ਚੋਣਾਂ ਆ ਰਿਹਾ ਹੈ, 2022 ਦਾ ਚੋਣਾਂ। ਇਹਦਾ ਮਤਲਬ ਸਟੇਟ ਗਵਰਨਮੈਂਟ ਵਰਸਸ ਮੋਦੀ ਸਰਕਾਰ ਲੜਾਈ ਚੱਲ ਰਹੀ ਹੈ? ਨਹੀਂ, ਇਸ ਵਕਤ ਲੜਾਈ ਬੜੀ ਦੂਜੀ ਕਿਸਮ ਦੀ ਹੈ। ਜਨਤਾ ਹੈਗੀ ਬਹੁਤ ਮੈਚੁਰ, ਉਹਨਾਂ ਨੇ ਟਰੈਕ ਰਿਕਾਰਡ ਦੇਖ ਲਿਆ ਜੋ ਬਾਦਲ ਸਾਹਿਬ ਦੀ ਸਰਕਾਰ ਤੇ ਮੋਦੀ ਜੀ ਦੀ ਸਰਕਾਰ ਨੇ ਕੀਤਾ ਸੀ, ਬਾਦਲ ਸਾਹਿਬ ਨੇ ਪੰਜਾਬ ਵਿੱਚ ਤੇ ਮੋਦੀ ਸਾਹਿਬ ਦਿੱਲੀ। ਔਰ ਕੈਪਟਨ ਸਾਹਿਬ ਥੋੜ੍ਹੀ ਜਿਹੀ ਕਾਂਗਰਸ ਫਸ ਗਈ ਹੈ, ਵਿਕਾਸ ਦੇ ਮਾਮਲੇ 'ਤੇ ਹੈ ਕਮਜ਼ੋਰ, ਉਹ ਸਾਰਿਆਂ ਨੂੰ ਪਤਾ। ਦੂਜੀ ਚੀਜ਼ ਜੋ ਹੈ, ਜੋ ਇੱਕ ਜਿਹੜਾ ਇਹਨਾਂ ਦਾ ਸੈਮ ਪਟਰੂਟਾ ਜੋ ਇਹਨਾਂ ਦੇ ਕਾਂਗਰਸ ਦੇ ਫਸਟ ਫੈਮਿਲੀ ਦੇ ਸਲਾਹਕਾਰ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ 1984 ਮੈਂ ਜੋ ਹੁਆ ਤੋ ਹੁਆ, ਇਹਨਾਂ ਨਾਲ ਬਹੁਤ ਗੁੱਸਾ ਹੈਗਾ। ਦੇਖੋ ਜੀ, ਇੱਡ ਅੱਤਿਆਚਾਰ, ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ 1984, ਉਹਦੇ ਬਾਅਦ ਕਤਲੇਆਮ ਹੋਇਆ ਦਿੱਲੀ ਵਿੱਚ, ਅੱਤਿਆਚਾਰ, 3000 ਸਾਡੇ ਸਿੱਖ ਕੌਮ ਦੇ ਲੋਕ ਮਾਰੇ ਗਏ ਨੇ ਦਿੱਲੀ, ਕਾਨਪੁਰ ਸ਼ਹਿਰਾਂ 'ਚ, ਅੱਜ ਤੱਕ ਮਾਫ਼ੀ ਨਹੀਂ ਮੰਗੀ। ਹੁਣ ਕਹਿੰਦੇ ਹੁਆ ਤੋ ਹੁਆ। ਤੁਹਾਨੂੰ ਯਾਦ ਹੋਣਾ ਹੈ ਕਿ 2014 ਦੇ ਚੁਣਾਵ ਤੋਂ ਪਹਿਲੇ ਰਾਹੁਲ ਗਾਂਧੀ ਇੱਕ ਇੰਟਰਵਿਊ ਦੇ ਰਿਹਾ ਸੀ ਕਿ ਇਹ ਬਾਤ ਸਹੀ ਹੈ, ਇਜ਼ ਇਟ ਅ ਫੈਕਟ, ਅੰਗਰੇਜ਼ੀ ਵਿੱਚ, ਦੈਟ ਸਮ ਸੀਨੀਅਰ ਮੈਂਬਰਸ ਆਫ ਦਾ ਕਾਂਗਰਸ ਪਾਰਟੀ ਵਰ ਇਨਵੋਲਵ ਇਨ ਦੀ ਕਿਲਿੰਗਸ ਆਫ 1984। ਤਾਂ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਸੀਗਾ, ਇਟ ਇਜ਼ ਪੋਸੀਬਲ ਦੈਟ ਦੇ ਵਰ, ਇਟ ਇਜ਼ ਪੋਸੀਬਲ। ਉਹਨੇ ਪੂਰੇ ਤਰੀਕੇ ਹਾਂ ਨਹੀਂ ਕਿਹਾ, ਉਹਨੇ ਕਿਹਾ ਇਹ ਵੀ ਮੈਨੂੰ ਪਤਾ ਨਹੀਂ ਕਿ। 3 ਦਿਨ ਪਹਿਲੇ ਕੈਪਟਨ ਸਾਹਿਬ ਨੇ ਬੜਾ ਇੰਟਰਸਟਿੰਗ ਜਵਾਬ ਦਿੱਤਾ, ਉਹਨਾਂ ਨੇ 5 ਕਾਂਗਰਸ ਦੇ ਸੀਨੀਅਰ ਲੀਡਰਸ ਦਾ ਨਾਮ ਲਿੱਤਾ। ਮਤਲਬ ਬਹੁਤ ਬੜਾ ਨਾਮ ਲੈ ਚੁੱਕੇ, ਸਦਨ ਵਿੱਚ ਵੀ ਲੈ ਚੁੱਕੇ, ਸਦਨ ਵਿੱਚ ਵੀ ਲੈ ਚੁੱਕੇ। ਨਹੀਂ, ਹੁਣ ਬੜੀ ਜ਼ਰੂਰੀ ਹੈ, ਕਿਉਂਕਿ ਜਦੋਂ ਸੈਮ ਪਟਰੂਟਾ ਨੇ ਕਿਹਾ ਹੁਆ ਤੋ ਹੁਆ, ਤੇ ਕੀ ਉਹਨਾਂ ਨੇ ਕਿਹਾ? ਕਹਿੰਦੇ ਜੀ, ਸੱਜਣ ਕੁਮਾਰ ਕੋਹ ਤੇ ਅੰਦਰ ਬੰਦ ਹੈ, ਉਹਨਾਂ ਦੀ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ। ਧਰਮਦਾਸ ਸ਼ਾਸਤਰੀ ਤੋਂ ਅਰਜੁਨ ਦਾਸ ਤੇ ਲਲਿਤ ਪਾਕਨ ਸ਼ਾਹ ਤੇ HKR ਭਗਤ ਮਾਨ, ਇੱਕ ਕਾਂਗਰਸ ਪਾਰਟੀ ਜੋ ਵਿਕਾਸ ਨਹੀਂ ਕਰਦੀ, ਜਿਹਦਾ ਖੂਨੀ ਪੋਲੀਟਿਕਸ ਜੋ ਹੈ, ਜੋ ਅੱਤਿਆਚਾਰ ਹੋਇਆ ਸਿੱਖ ਕੌਮ ਤੇ, ਕਿਸ ਬੇਸਿਸ ਤੇ ਵੋਟ ਮੰਗ ਰਹੇ ਨੇ? ਤਦ ਹੀ ਤੁਸੀਂ ਦੇਖੋਗੇ ਅੰਮ੍ਰਿਤਸਰ ਇਹ ਆਊਟਸਾਈਡਰ ਇਨਸਾਈਡਰ ਕਹਿਣ ਗੱਜ ਕਰਦੇ। ਹੁਣ ਕੱਲ੍ਹ ਇਹਨਾਂ ਨੇ ਔਜਲੇ ਨੇ ਇੱਕ ਹੋਰ ਬੜਾ ਵਧੀਆ ਬਿਆਨ ਦਿੱਤਾ, ਮੈਂ ਤਾਂ ਉਹਨੂੰ ਕਹਾਂਗਾ ਉਹ ਡਿਨਾਈ ਕਰੇ। ਜਦੋਂ ਮੋਦੀ ਜੀ ਕਹਿੰਦੇ ਨਾ ਮੈਂ ਖਾਊਂਗਾ ਔਰ ਨਾ ਮੈਂ ਖਾਣੇ ਦੂੰਗਾ, ਇਹਨੇ ਕਿਹਾ ਅਗਰ ਬੀਜੇਪੀ ਦਾ ਕੈਂਡੀਡੇਟ ਸੈਂਟਰ ਤੋਂ ਡਿਵੈਲਪਮੈਂਟ ਵਾਸਤੇ ਪੈਸੇ ਲਿਆਉਂਦਾ ਤਾਂ ਮੈਂ ਉਹਦੇ ਖਿਲਾਫ਼ ਧਰਨਾ ਕਰ ਲਿਆ। ਅਰੇ ਬਾਈ, ਤੇਰੇ ਵੱਸ ਦੀ ਨਹੀਂ ਹੈ, ਤੂੰ ਅਗਰ ਨਹੀਂ ਵਿਕਾਸ ਕਰਾ ਸਕਦਾ ਤਾਂ ਕਿਸੇ ਹੋਰ ਨੂੰ ਕਰਨ ਦੇ। ਮੈਂ ਤੁਹਾਨੂੰ ਇੱਕ ਦੋ ਇੰਟਰਸਟਿੰਗ ਚੀਜ਼ਾਂ ਦੱਸਣਾ। ਭਗਤਾਂ ਵਾਲੇ ਗੇਟ ਦੇ ਬਾਹਰ ਇੱਕ ਬੜਾ ਵੱਡਾ ਕੂੜੇ ਦਾ ਢੇਰ ਹੈਗਾ, ਠੀਕ ਹੈ, ਗਾਰਬੇਜ ਦਾ, ਇਹ ਕਈ ਮਹੀਨਿਆਂ ਦਾ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਇੱਥੋਂ ਬਿਮਾਰੀ ਫੈਲਦੀ ਹੈ, ਇੱਥੋਂ ਇੱਥੇ ਮੌਤਾਂ ਹੁੰਦੀਆਂ ਇਹਦੇ ਕਾਰਨ। ਇਹ ਮੈਂ ਜਦੋਂ ਇਹਦੀ ਜਾਣਕਾਰੀ ਕਰਾਈ, ਮੈਨੂੰ ਕਿਹਾ ਗਿਆ ਕਿ ਕਿਸੇ ਕੰਪਨੀ ਨੂੰ ਇਹਨਾਂ ਨੇ ਕੰਟਰੈਕਟ ਦਿੱਤਾ ਸੀ ਇਸ ਨੂੰ ਡੀਮਾਈਨਿੰਗ ਕਰਨ ਵਾਸਤੇ, ਉਹ ਕੰਪਨੀ ਸ਼ਾਇਦ ਹੋ ਗਈ ਫੇਲ ਹੈ। ਬੜਾ ਕਿੰਨੇ ਮਹੀਨਿਆਂ ਦਾ ਚੱਲ ਰਿਹਾ। ਮੈਂ ਜਦੋਂ ਜਾ ਕੇ ਦੇਖਿਆ, ਮੈਂ ਇਹਨਾਂ ਨੂੰ ਕਿਹਾ ਅਗਰ ਤੁਸੀਂ ਤੁਹਾਡੇ ਵਾਸਤੇ ਨਹੀਂ ਹੈ, ਤੁਸੀਂ ਇੱਕ ਕੰਮ ਕਰੋ, ਸਾਡੇ ਸੈਂਟਰ ਨੂੰ ਚਿੱਠੀ ਲਿਖ ਦਿਓ ਕਿ ਸਾਡੇ ਵਾਸਤੇ ਨਹੀਂ ਹੈ, ਤੁਸੀਂ ਕਰਾ ਦਿਓ, ਮੈਂ ਇਹ ਕੰਮ ਵੀ ਕਰਾ ਦਿਆਂਗਾ ਤੇ ਇਹਦਾ 35% ਜਿਹੜਾ ਖਰਚਾ ਹੋ ਗਿਆ ਸੀ ਸੈਂਟਰ ਦੇ। ਤੁਹਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਮੁਦਰ ਪਿੰਡ ਆਏ ਸੀ ਉਦੋਂ ਹੀ ਤੁਹਾਨੂੰ ਪਤਾ ਲੱਗ ਗਿਆ ਸੀ? ਕੂੜੇ ਦਾ ਢੇਰ ਦਾ ਮੈਨੂੰ ਉਸ ਫਿਰ ਨਹੀਂ ਪਤਾ ਸੀਗਾ। ਮੈਂ ਕਮ ਸੇ ਕਮ 22 ਵਾਰ ਆਇਆ ਕੇਂਦਰੀ ਮੰਤਰੀ ਮੰਡਲ ਆਉਣ ਦੇ ਬਾਅਦ, ਇੱਥੇ ਜਦੋਂ ਜਸਟਿਨ ਟਰੂਡੋ ਆਇਆ, ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਆਇਆ, ਮੈਂ ਆਉਂਦਾ ਰਿਹਾ, ਪਰ ਮੈਂ ਆਇਆ ਆਪਣੇ ਕੰਮ ਵਾਸਤੇ। ਜਿਸ ਤਰ੍ਹਾਂ ਅਸੀਂ, ਤੁਹਾਨੂੰ ਪਤਾ ਨਹੀਂ ਸੀਗਾ ਤੁਸੀਂ ਅੰਮ੍ਰਿਤਸਰ ਲੜਨਾ? ਮੈਨੂੰ ਇਨ ਮਾਈ ਵਾਈਲਡੈਸਟ ਡ੍ਰੀਮਸ ਆਈ ਡਿਡ ਨਾਟ ਨੋ, ਮੈਨੂੰ ਲੋਕ ਪੁੱਛਦੇ ਸੀ ਟੂਰਿਜ਼ਮ ਕਿਹਨੇ ਭੇਜਿਆ ਰਮਜੀਤ ਜੀ ਸਾਹਿਬ? ਨਹੀਂ, ਪਾਰਟੀ ਨੇ ਕੀਤਾ। ਮੈਨੂੰ 21 ਤਰੀਕ ਸਾਡੀ ਸੀਟ ਅਨਾਊਂਸ ਹੋਈ ਹੈ, 20 ਤਰੀਕ ਨੂੰ ਮੈਨੂੰ ਸਵੇਰੇ ਜੇਟਲੀ ਜੀ ਦਾ ਫੋਨ ਆਇਆ। ਪਹਿਲੇ ਮੈਂ ਦੱਸ ਰਿਹਾ, ਪਹਿਲੇ ਵੀ ਮੈਂ ਸੁਣ ਰਿਹਾ ਸੀਗਾ ਕਿ ਪਾਰਟੀ ਜੋ ਹੈਗੀ ਅੰਮ੍ਰਿਤਸਰ ਦੀ ਉਹ ਨਾ ਪਾ ਰਹੀ ਹੈ, ਤਾਂ ਮੈਂ ਜਦੋਂ ਪੁੱਛਿਆ, ਉਹਨਾਂ ਕਿਹਾ ਜੀ ਨਹੀਂ, ਜਿੱਦਾਂ ਕਾਗਜ਼ੀ ਕਾਰਵਾਈ ਕਰਨੀ ਹੁੰਦੀ ਹੈ ਸਾਰਿਆਂ ਨੂੰ, ਹਰ ਇੱਕ ਪਾਰਟੀ ਜਿਹੜੀ ਸਟੇਟ ਯੂਨਿਟ ਹੁੰਦੀ ਹੈ ਉਹਨਾਂ ਨੂੰ 3 ਨਾਂ ਭੇਜਣੇ ਪੈਂਦੇ, ਇਸੇ ਸ਼ਾਇਦ ਤੁਹਾਡਾ ਇੰਟਰਵਿਊ, ਪਰ ਮੈਂ ਇਹਦੇ ਨਾਲ ਕਿਸੇ ਨੇ ਡਿਸਕਸ ਨਹੀਂ ਕੀਤਾ। ਮੈਂ 20 ਤਰੀਕ ਨੂੰ ਜੇਟਲੀ ਜੀ ਨੂੰ ਸਵੇਰੇ ਫੋਨ ਕੀਤਾ, ਉਹ ਮੇਰੇ ਅਕਸਰ ਹੁੰਦਾ, ਉਹ ਵੀ ਬਾਹਰ ਦੌਰੇ 'ਤੇ ਸੀਗੇ। ਹਾਂਜੀ ਸਰ, ਪੁਰੀ ਸਾਹਿਬ ਕੀ ਕਰ ਰਹੇ ਹੋ? ਬੜੀ ਦੇਰ ਕਾਫੀ ਨਹੀਂ ਪੀਤੀ, ਤਾਂ ਮੈਂ ਗਿਆ, ਮੈਂ ਸੋਚਿਆ ਆਪਣੀ ਗੱਪਸ਼ਪ ਲਗਾਉਣ ਜਾ ਰਿਹਾ, ਮੈਂ ਘੰਟਾ ਬੈਠਿਆ, ਪਰ ਬੈਠਿਆ ਹੀ ਸੀ ਮੈਂ, ਉਹਨਾਂ ਨੇ ਕਿਹਾ, ਅਧਿਆਕਸ਼ ਜੀ ਦਾ ਫੋਨ ਆਇਆ ਸੀਗਾ, ਉਹ ਕਹਿੰਦੇ ਜੀ ਹਰਦੀਪ ਜੀ ਨੂੰ ਤਿਆਰ ਕਰੋ ਅੰਮ੍ਰਿਤਸਰ ਵਾਸਤੇ, ਤਾਂ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦਾ, ਮਨਾ ਨਾ ਕਰੀ, ਤੇ ਇਨੀਸ਼ੀਏਟਿਵ ਉੱਤੋਂ ਆਇਆ। ਉਹਨਾਂ ਨੇ ਦੱਸਿਆ ਸੀਗਾ ਵੀ ਇੱਥੇ ਬੀਜੇਪੀ ਲੀਡਰਸ਼ਿਪ ਇਕਜੁੱਟ ਨਹੀਂ ਹੈਗੀ, ਪੁਰੀ ਸਾਹਿਬ ਉਹਦਾ ਧਿਆਨ ਰੱਖਿਓ। ਪੁਰੀ ਸਾਹਿਬ ਜਦੋਂ ਇੱਥੇ ਆਉਂਦੇ ਆ ਤਾਂ ਕਿਹਾ ਜਾਂਦਾ ਕਿ ਬੀਜੇਪੀ ਲੀਡਰਸ਼ਿਪ ਇਕਜੁੱਟ ਹੋ ਜੂਗੀ, ਮਲਿਕ ਸਾਹਿਬ ਅਤੇ ਜੋਸ਼ੀ ਸਾਹਿਬ ਇੱਕ ਮੰਚ 'ਤੇ ਆ ਜਾਣਗੇ, ਫਿਰ ਉਹਦਾ ਵੀਡੀਓ ਵੀ ਆਉਂਦਾ ਕਿ ਤੁਸੀਂ ਵੀ ਉਸ ਨੂੰ ਦੇਖਿਆ ਹੈਗਾ, ਇਹ ਇਕਜੁੱਟ ਹੋ ਗਈ ਆ ਬੀਜੇਪੀ? ਨਹੀਂ ਨਹੀਂ, ਦੇਖੋ ਇਹ ਗੱਲ ਬਿਲਕੁਲ ਇਹਨਾਂ ਦੀ ਪਿੱਠ ਸੁਣਦੀ ਹੈ ਦੋਨਾਂ ਦੀ, ਸ਼ਵੇਤ ਮਲਿਕ ਦੀ ਅਤੇ ਅਨਿਲ ਜੋਸ਼ੀ ਦੀ।
देखो मुद्दे कुछ होर होंदे ने, हर एक लोकतंत्र डेमोक्रेसी च यह लोगों का हक बनता है कि तुसी अगर समाज सेवा की है, तुसी पार्टी की सेवा की है, देश की सेवा की है, तो जो डेमोक्रेसी होती है चुनाव आता है तो भाई हर एक आदमी ख्वाहिश होती कि मैं कैंडीडेट बना। तो एक इत्थे एक तरीके नाल सेल्फ डिकलेयर्ड कैंडीडेट सी है। मैं जो मनु आया, मैं इत्थे आया, मैं पता लगा 6 महीने की कैंपेनिंग कर रहे हैं। अच्छा मैं ना मैं उन्होंने पूछा, मैं क्या तुहानू किसी ने पार्टी किया कि तुसी कैंडीडेट तुहानू टिकट मिले? कहते नहीं, ये गल ठीक नहीं। मैं मिलता सी लोगों, जेटली जी को मिलता सी, बाकी जो मैं क्या जी मैं की ना कर, हाँ जी काम करो। देखो कोई भी सीरियस जो पॉलिटिक्स होंदा है वो टिकट तद मजबूत समझता है कि टिकट मिल गई है जब पार्टी फॉर्मल अनाउंसमेंट करन दी तैयार होए। पहले बड़े लोगों ने कहा हाँ आप तैयारी रखी है, हम अनाउंसमेंट कर, बट इट हैज़ टू कम जिहड़ी डेजिग्नेटेड अथॉरिटी होंदी। इत्थे डेजिग्नेटेड अथॉरिटी पार्टी प्रेजिडेंट हैगा, तो साड़ी कांग्रेस कांग्रेस का तो तुहानू पता किस तरह होंदा, भारतीय जनता पार्टी साड़ा पार्लियामेंट्री बोर्ड हैगा जिहड़ी डिसाइड करदा फॉर्मली। PM पार्टी अध्यक्ष राज अमित शाह जी तो पार्लियामेंट्री बोर्ड। हुण की होया कि जो कैंडीडेट जो सीगे कई लोग सीगे, कई लोगों ने जिहड़ा कोई कई जिन्हां दा तुसीं भी नाम लै रहे हो, उन्होंने क्या होना भाई हम असी इन्नी काम किया, असी मिनिस्टर रहे, असी इत्थे रहे, असी कैंडीडेट बना, उन्होंने हक बनता। पुरी साहब क्यों सिख फेस? नहीं 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 नहीं, ये होर गल है। एक मैनू लगता है कि प्रधानमंत्री जी ने एक बार फैसला किया कि योजा कैंडीडेट इतने उतारना चाहते हैं जिदे बारे छवि यह हो कि ही इंजॉयज हिज कॉन्फिडेंस। देखो मनु मंत्रिमंडल सितंबर 2017 जो लिया सीगा, मैं तो बाहर सीगा, मैं श्रीलंका सीगा, मैं फोन आया कि प्रधानमंत्री जी मिलना चाहते, तो मिलने गया। हाँ कैसा रहा? अच्छा। फिर कहते सुबह आ जाना, नाश्ता इकट्ठा करेंगे, फिर राष्ट्रपति भवन जाएंगे, आपको शपथ दिलवाएंगे और आपको मंत्रिमंडल में ले आए। जिस तरह गल करें ड्रीम ही सी, हाँ ये भी ड्रीम कम ट्रू सी। नहीं ड्रीम कम ट्रू थी यार, मैं 45 साल मैं देश की सेवा की है, मैं पब्लिक लाइफ हैगा, पर मनु कोई आइडिया नहीं सीगा। मनु जो मनु मोदी जी ने बनाया चेयरमैन RIS था, जो डॉक्टर मनमोहन सिंह सीगे 10 साल, जो मनु बुलाया उन्होंने तो मनु फॉरन सैकटरी का फोन आया कि इंजन गल चल रही है, तो मनु कहा गया कि तुहानू कंसल्ट करो। मैं एक सवाल पूछा सी, मैं क्या प्रो बोनो है ना, ये कोई तनखा तनखू तो नहीं है? कहने क्यों पूछ रहे हो? मैं इसलिए पूछ रहा हाँ कि मैं जो अपनी बाकी पढ़ाई लिखाई करना चाहना, मैं वो तो कर सकना ना, मैं यूनिवर्सिटीज लैक्चर देना बाकी। कहना हाँ वो प्रो बोनो हैगी टोटल। फिर जो मैं आया तो मैं बड़े लोगों ने कहा यार तू तो बड़ा एक्टिव रहा अपनी जिंदगी, ये किस तरह हो सकता है कि तू सिर्फ ये चेयरमैन आ रहा है? मैं क्या मैं बाकी काम कर रहा। फिर एक गल चली सी कि G20 एक ग्रुप इंटरनेशनल ग्रुपिंग है वो PM का स्पैशल एनवॉय। तो जो मैं श्रीलंका तो बुलाया गया सी, जेने बंदे ने फोन की थी उन्हें यही कहा सीगा कि PM आपसे G20 की बात करना चाहते हैं, कहते हैं। तो मैं सोचा मैं G20 की गल करना, मैं बड़ा खुश होता G20। मैं बैठा ही, वो बैठे सके, खड़ा ही सीखा, मैं बैठने तो पहले कहना आइए आइए, अच्छा G20 की चर्चा करने आए हैं? तो मैं क्या जी आपके यहाँ से मैसेज ही आया था। फिर स्माइल किया उन्होंने, कहा वो तो वैसे हमने बोला था। फिर ये गल देखो इंजॉय पूरी सदा दिल करता थी फॉरेन मिनिस्ट्री मिलती तो बहुत तजर्बा है डिफेंस वाले जाते हैं केड़ी मिनिस्ट्री मिलती नहीं मिलती तुसी सैटिस्फाइड हो? नहीं नहीं मैं सैटिस्फाइड की है, तुसी एक पब्लिक सर्विस कर रहे हो, ये प्राइम मिनिस्टर प्रधानमंत्री का प्रेरोगेटिव है, वो तुहानू बुला के रक्षा मंत्री बना दे, किसी को कॉमर्स मिनिस्टर बनाए। इंजॉय जिहड़ी प्रधानमंत्री जी दिया फ्लैगशिप प्रोग्राम्स है, स्वच्छ भारत, अमृत, प्रधानमंत्री आवास योजना, हृदय, ये मेट्रो का सारे सिस्टम लग रहे हैं, ये सारिया उन्होंने पेट स्कीम्स है। ये मिनिस्ट्री किदे कोल सी पहले? वेंकैया जी कोल भी। जदों वेंकैया जी ने इन्होंने उपराष्ट्रपति दिता तो इन्होंने कैंडीडेट चाहिए सी। मनु लगता है कि मनु उन्होंने वो चीज़ सोच के लगाया है, तो मेरे वास्ते बहुत वड्डी चीज़ है। स्मार्ट सिटी प्रोजेक्ट है जो सफल हो गया तुहाडे मुताबिक? देखो स्मार्ट सिटी प्रोजेक्ट लुधियाने का जिक्र भी है, मैं पंजाब के शहरों की गल करना, लुधियाना बहुत पोल्यूटेड सिटी है। अच्छा मैं तुहानू दस्सां दुनिया में अगर कोई फास्टेस्ट इंप्लीमेंटेड प्रोजेक्ट हैगा तो स्मार्ट सिटी। सुन लो गल, स्मार्ट सिटी की घोषणा के बाद जो एक अनाउंसमेंट होती है डेट, जिस तरह अमृतसर हुई है 2016 के सितंबर, 15 to 18 महीने लग जाते हैं प्रोजेक्ट मैनेजमेंट कंसल्टेंट बनाने वास्ते। सानू इंडिया विच
कई होर देशों स्मार्ट सिटी बनाने का कोई तजर्बा ही नहीं है। प्रोजेक्ट मैनेजमेंट कंसल्टेंट हमेशा बाहर दे होंदे ने, स्पेशल पर्पज व्हीकल बनाने भी 15 to 18 महीने लग जाते हैं। तुसीं कर ले 36 महीने हो गए, 3 साल सारिया स्मार्ट सिटीज़ विच प्रोजेक्ट मैनेजमेंट कंसल्टेंट लग गए ने, SPVs बन गई ने। हुण उहदे बाद DPRs नाल नाल तैयार होंदियां ने, जदों काम शुरू होंदा है एकदम शूट अप करदा है। जदों मैं मंत्री बनिया सीगा September 3, 2017 स्मार्ट सिटी प्रोजेक्ट ते उस वक्त टोटल इन्वेस्टमेंट जिहड़ी होई सी, खर्चा होया सी 18,000-20,000 करोड़ दा सीगा। जदों मैं पार्लियामेंट सवाल दा जवाब दे रहा सीगा ते मैं देखिया सी 1,30,000 करोड़ सीगा, हुण 2 लाख करोड़ दे प्रोजेक्ट्स बन रहे ने। ये जिहड़ी अमृतसर दी वी गल है ना, इस वक्त लग रहा कि सिर्फ 26 करोड़ खर्च होया, वो 26 करोड़ असी भेजा सीगा, इन्होंने खर्च करता वो साडी तरफों। मैं दिसंबर तक 1,218 करोड़ के प्रोजेक्ट ते काम शुरू करवा देंगा। एक ही होंदा है DPR बनने टाइम लगता है। तुसीं दोबारा मंत्री बनोगे जे दोबारा सरकार बनती है? ये ते नहीं, क्योंकि तुहाडे प्रचार विच चलता पे लगातार कि तुसीं एक मंत्री नूं जिता रहे हो। नहीं नहीं, इंज है, मैं नहीं जिताया, अमित शाह जी ने कहा सीगा, उन्होंने कहा सीगा मैं 300 हलकियां च होके आया, तो जिथे भी मैं जाना जो भी उम्मीदवार प्रत्याशी होंदा वो कहिंदा है कि मेरे मनु सफलता मिलने बाद लोकसभा इलेक्शन जितने बाद तुसी मनु वजीर बना देना। अमित शाह जी का बयान है, इतने रह ले कहिंदा मोदी जी ने तय किया तुहानू असी एक रेडीमेड मिनिस्टर भेज दईए। हुण अगली सरकार किहदी बनेगी, मैं 100% नहीं 1000% श्योर हाँ मोदी जी। चलो एक होर हिस्ट्री का फैक्ट है, फैक्ट्स की बड़ी गल करते हो पूरी साहब। एक अमृतसर का फैक्ट यह है कि 20 साल तो स्थिति है जिहड़ा MP बनता उनकी सेंटर में सरकार नहीं बनती, इहदा मतलब पूरी साहब जितन गए ते मोदी सरकार हार जूगी। 100% मोदी जी की सरकार बन रही है, वो तो उंज ही बन रही है। और मैं तो 3 महीने पहले की प्रडिक्शन दी हुई है, साडियां जिहड़ियां सीटां होणगियां 312-313 ते 336 के आसपास होंगे, 336 कोल। एक तुहाडे बारे सरकार ते वार वार ये इल्ज़ाम लगता पाया कि जलियांवाला बाग लई तुसीं कुछ नहीं किया गा। हुण शताब्दी समागम होए आ, उदों प्रधानमंत्री साहब आप नहीं पहुँचे गए, जिहड़े समागम हो रहे आ समागमां दे दौरान जिहड़े इत्थे इन्हां ने प्रोजेक्ट्स तुहाडे तों मंगे सीगे, पैसे मंगे सी, उह पैसे नहीं तुसीं भेजे गए, तुसीं कोड ऑफ कंडक्ट दा हवाला दे के पहला चाड़ लिया। पहली गल तां इंज है, इह जो बयान दिंदे ने इह गुटका साहब ते हथ रख के झूठ बोलदे ने। 20 करोड़ का प्रोजेक्ट जलियांवाला बाग दे रेनोवेशन का कोड ऑफ कॉन्डक्ट तो पहले खुल गया। ये जदों 100th anniversary हुई सी, प्रधानमंत्री क्यों नहीं पूछे? यार प्रधानमंत्री जी किनिया जगह, 6 जगह जो थोड़ा हो सके, पर उन्होंने वाइस प्रेसिडेंट साहब को भेजा। वाइस प्रेसिडेंट साहब वेंकैया जी इस मिनिस्ट्री दे महकमा सीगा, और वाइस प्रेसिडेंट प्रेसिडेंट तो वाइस प्रेसिडेंट तो कॉन्स्टिट्यूशनल हैड हो गए। तो ये कहना कि असी सीरियस नहीं रह रहे, जलियांवाला बाग 1 करोड़ एक काम शुरू हो गया, 20 करोड़ का प्रोजेक्ट खुल गया, एक कल्चर मिनिस्ट्री का टेंडर सीगा, पर मेरी मिनिस्ट्री दी NBC सी। वो एक गल होर कह रहे हैं कि तुसी वार वार नैशनलिज्म का एजेंडा प्रचार रहे हो, जलियांवाला बाग वेले तुहाडा नैशनलिज्म का एजेंडा कित्थे चला जांदा? टोटल हैगा नैशनलिज्म दा, जलियांवाला बाग नूं ठीक कराण 20 करोड़ असी दित्ता, इन्हां ने दित्ता। इन्हां गल्लां छड्ड दिओ, कांग्रेस पार्टी दी दुकान जिहड़ी है वह बंद हो रही है। 2014 दे चुनाव विच उन्हां दीआं 44 सीटां आईआं सन। ਮੈਨੂੰ ਜੋ ਹੁਣ ਰਿਪੋਰਟਾਂ ਮਿਲ ਰਹੀਆਂ ਨੇ ਉਹ ਲੋਕ ਕਹਿੰਦੇ ਕਿ 2 ਸਟੇਟਸ ਇਹੋ ਜਿਹੀਆਂ ਹੈਗੀਆਂ, ਕੇਰਲਾ ਅਤੇ ਪੰਜਾਬ, ਜਿੱਥੇ ਕਾਂਗਰਸ ਪਾਰਟੀ ਸਟਰੋਂਗ ਹੈ। ਮੈਂ ਜਦੋਂ ਇੱਥੇ ਨਵਾਂ ਆਇਆ ਅੰਮ੍ਰਿਤਸਰ ਕੈਂਪੇਨ ਕਰਨ ਵਾਸਤੇ, ਅਤੇ ਕੈਪਟਨ ਸਾਹਿਬ ਦਾ ਮੈਂ ਇੱਕ ਬਿਆਨ ਪੜ੍ਹਿਆ ਸੀਗਾ ਕਿ 13-0 ਹੋਏਗਾ, 13-0 ਹੋਏਗਾ, ਅਤੇ ਲੋਕਾਂ ਨੇ ਫਿਰ ਕਿਹਾ। ਫਿਰ ਉਹਨਾਂ ਨੂੰ ਜਦੋਂ ਲੱਗਿਆ ਕਿ ਕੈਂਪੇਨ ਠੀਕ ਤਰ੍ਹਾਂ ਉੱਠ ਨਹੀਂ ਰਹੀ, ਤਾਂ ਉਹਨਾਂ ਨੇ ਕਿਹਾ ਜਿਹੜੇ ਜੋ ਵੀ ਹਲਕਿਆਂ ਦਾ ਇੰਚਾਰਜ ਹੈ ਮੈਂ ਉਹਨਾਂ ਨੂੰ ਰਿਸਪੋਂਸੀਬਲ ਕਹਾਂਗਾ। ਇੱਕ ਵਾਰੀ ਜਦੋਂ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਹੈ ਕਿ ਤੁਹਾਨੂੰ ਮੈਂ ਜ਼ਿੰਮੇਵਾਰ ਸਮਝਾਂਗਾ, ਜ਼ਿੰਮੇਵਾਰੀ ਆਪਣੀ ਨਿਭਾਉਣਾ, ਮਤਲਬ ਕੈਂਪੇਨ ਵਿੱਚ ਗੜਬੜ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਤੁਸੀਂ ਸੁਣ ਲਓ ਇੱਕ ਮਿੰਟ। 13-0 ਤਾਂ ਛੱਡੋ, ਹੈਰਾਨ ਨਹੀਂ ਹੋਣਾ, BJP ਦੀਆਂ ਤਾਂ ਆਪਣੀਆਂ ਸੀਟਾਂ 3 ਆ ਜਾਣਗੀਆਂ, ਮੈਨੂੰ ਉਹਦੇ 'ਚ ਇੱਕ ਇੰਨਾ ਵੀ ਡਾਊਟ ਨਹੀਂ ਹੈ। ਬਾਕੀ ਜਿਹੜੀਆਂ ਸੀਟਾਂ ਹੈਗੀਆਂ ਉਹ ਵੀ ਦੇਖ ਲੈਣਾ, ਸਾਡੇ ਭਾਜਪਾ ਅਤੇ ਅਕਾਲੀ ਦਲ ਦੇ ਨਤੀਜੇ ਬਹੁਤ ਵਧੀਆ ਹੋਣਗੇ। ਅਸੀਂ ਆਖਰੀ ਹਿੱਸੇ ਵੱਲ ਹੁਣ ਇੰਟਰਵਿਊ ਆਪਾਂ ਸਮਾਪਤ ਕਰਨੀ ਆ। ਪੁਰੀ ਸਾਹਿਬ, ਇੱਕ ਦਰਬਾਰ ਸਾਹਿਬ ਵਿੱਚ ਦੁਨੀਆ ਭਰ ਤੋਂ ਇੱਥੇ ਲੋਕ ਮੱਥਾ ਟੇਕਣ ਆਉਂਦੇ ਆ। NRIs ਜਿਹੜਾ ਹੈਗਾ ਉਹ ਇੱਥੇ ਦੇਖ ਰਿਹਾ ਹੈਗਾ ਕਿ ਅੰਮ੍ਰਿਤਸਰ ਮੈਂ ਆਵਾਂ, ਮੇਰੇ ਲਈ ਟ੍ਰੈਫਿਕ ਬੰਦੋਬਸਤ ਵਧੀਆ ਹੋਣ, ਇੱਥੋਂ ਜਿਹੜੀਆਂ ਫਲਾਈਟਸ ਜਾਂਦੀਆਂ ਹੈਗੀਆਂ ਉਹ ਬੰਦ ਨਾ ਹੋਇਆ ਕਰਨ, ਸ਼ੁਰੂ ਹੋ ਜਾਂਦੀਆਂ ਬੰਦ ਹੋ ਜਾਂਦੀਆਂ, ਉਹਨਾਂ ਬਾਰੇ ਕੀ ਕੁਛ ਕਰ ਸਕਦੇ ਹੋ ਤੁਸੀਂ, ਪਲਾਨ ਹੈਗਾ ਕੋਈ ਤੁਹਾਡਾ? ਸਿੰਘ ਸਾਹਿਬ, ਮੇਰਾ ਸੰਕਲਪ ਪੱਤਰ ਪੜ੍ਹ ਲਓ, ਇਸੀ ਚੀਜ਼ ਦੇ ਬਾਰੇ ਹੈਗਾ,
ਟੂ ਮੇਕ ਅੰਮ੍ਰਿਤਸਰ ਐਨ ਇੰਟਰਨੈਸ਼ਨਲ ਰਿਲੀਜੀਅਸ ਕਲਚਰਲ ਵਰਲਡ ਕਲਾਸ ਇਨਫਰਾਸਟ੍ਰਕਚਰ ਸਿਟੀ ਹੈਵ ਐਨ ਇੰਟਰਨੈਸ਼ਨਲ ਏਅਰਪੋਰਟ ਵਿਚ ਇਜ਼ ਅ ਰੀਜਨਲ ਹੱਬ ਤੁਸੀਂ ਇੰਡੀਆ ਦਾ ਨਕਸ਼ਾ ਦੇਖੋ ਵੈਸਟ ਇਜ ਮੁੰਬਈ ਅਤੇ ਅਹਿਮਦਾਬਾਦ ਹੈਗੇ ਏਅਰਪੋਰਟ ਈਸਟ ਵਿੱਚ ਕੋਲਕਾਤਾ ਹੈਗਾ ਦਕਸ਼ਿਨ ਵਿੱਚ ਬੰਗਲੁਰੂ ਹੈਦਰਾਬਾਦ ਚੇਨਈ ਹੈਗਾ ਦਿੱਲੀ ਹੈਗਾ ਜਿਹੜਾ ਸਾਰਾ ਐਨ ਸੀ ਆਰ ਨੂੰ ਰੀਜਨ ਨੂੰ ਦੇਖਦਾ 22% ਤੁਹਾਡਾ ਸਿਵਲ ਏਵੀਏਸ਼ਨ ਗਰੋ ਕਰਿਆ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਏਅਰਪੋਰਟ ਵਧੀਆ ਬਣਾਓ ਅਤੇ ਇਹ ਸਿਰਫ ਦਿੱਲੀ ਹਿਮਾਚਲ ਹਰਿਆਣਾ ਪੰਜਾਬ ਫਲਾਈਟਸ ਨਹੀਂ ਹੈਗੀਆਂ ਉਹ ਫਲਾਈਟਸ ਦਾ ਤਾਂ ਮੈਂ ਪਲਾਨ ਦਿੱਤਾ ਹੈ ਨਾ ਮੈਂ ਤੁਸੀਂ ਦੇਖੋ ਅਗਰ ਕੰਮ ਦਾ ਐਮ ਪੀ ਹੋਏ ਉਹ ਮੇਰੇ ਖਿਲਾਫ਼ ਜਿਹੜਾ ਬੰਦਾ ਖੜਾ ਹੈ ਉਹ ਪਤਾ ਕੀ ਕਰਦਾ ਪਾਰਲੀਮੈਂਟ ਦੇ ਬਾਹਰ ਖੜ੍ਹੇ ਹੋ ਕੇ ਨਾਰੇ ਲਾਉਂਦਾ ਹੈ ਪਾਰਲੀਮੈਂਟ ਦੇ ਅੰਦਰ ਵੀ ਬੋਲਦਾ ਅਤੇ ਉਹ ਤਾਂ ਸੁਨੀਲ ਜਾ ਕੇ ਡਿਸਰਪਸ਼ਨ ਕਰਦੇ ਨੇ ਉਹ ਸਪੀਕਰ ਦੇ ਵਿਹਲੇ 'ਚ ਆ ਜਾਂਦੇ ਨੇ ਦੇਖੋ ਕੋਈ ਇਹੋ ਜਿਹਾ ਮਾਮਲਾ ਨਹੀਂ ਹੈ ਮੈਂ ਤੁਹਾਨੂੰ 5 ਸਾਲ ਤਾਂ ਬਹੁਤ ਹੁੰਦੇ ਨੇ 2-3 ਸਾਲ ਦੇ ਅੰਦਰ ਹੀ ਦਿਖਾ ਦਿਆਂਗਾ ਕਿ ਅੰਮ੍ਰਿਤਸਰ ਨੂੰ ਕਿਸ ਤਰ੍ਹਾਂ ਟ੍ਰਾਂਸਫਾਰਮ ਕਰਕੇ ਗਲੋਬਲ ਫਸਟ ਕਲਾਸ ਸਿਟੀ ਬਣ ਸਕੇ ਕਰਤਾਰਪੁਰ ਕੋਰੀਡੋਰ ਦਾ ਕ੍ਰੈਡਿਟ ਲੈ ਰਹੇ ਹੋ ਤੁਸੀਂ ਮੈਂ ਨਹੀਂ ਲੈ ਰਿਹਾ ਕ੍ਰੈਡਿਟ ਸਰਕਾਰ ਲੈ ਰਹੀ ਹੈ ਔਰ ਸੁਣ 1999 ਵਿੱਚ ਵਾਜਪੇਈ ਜੀ ਗਏ ਸੀਗੇ ਉਹ ਮਸ਼ਹੂਰ ਬੱਸ ਯਾਤਰਾ 'ਤੇ ਲਾਹੌਰ ਉਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਡੈਲੀਗੇਸ਼ਨ ਸਨ ਜਦੋਂ ਜਨਰਲ ਮੁਸ਼ਰਫ ਨਾਲ ਬਾਇਲੈਟਰਲ ਡਿਸਕਸ਼ਨਸ ਹੋਈਆਂ ਵਾਜਪੇਈ ਜੀ ਅਤੇ ਬਾਦਲ ਜੀ ਨੇ ਟੇਕ ਅਪ ਕੀਤਾ ਕਰਤਾਰਪੁਰ ਦਾ ਕੋਰੀਡੋਰ ਉਹਨਾਂ ਨੇ ਪਤਾ ਕੀ ਕਿਹਾ ਉਹਨਾਂ ਨੇ ਕਿਹਾ ਕਿ ਸਾਡੀ ਕਮਿਊਨਿਟੀ ਦੀ ਸਿੱਖ ਕੌਮ ਦੀ ਬੜੀ ਲੌਂਗ ਸਟੈਂਡਿੰਗ ਡਿਮਾਂਡ ਹੈ ਨੰਬਰ 1 ਨੰਬਰ 2 ਮੈਨੂੰ ਆਪ ਤੁਸੀਂ ਸਟੇਟਮੈਂਟਸ ਪੜ੍ਹ ਲਓ ਹੁੰਦੀਆਂ ਨਹੀਂ ਇਲੈਕਸ਼ਨ ਪਹਿਲੇ ਦੀਆਂ ਜਦੋਂ ਪਾਰਟੀਸ਼ਨ ਦੀ ਲਾਈਨ ਡਰਾਅ ਹੋ ਰਹੀ ਸੀਗੀ ਠੀਕ ਹੈ ਔਰ ਜਦੋਂ ਰੈਡਕਲਿਫ ਅਵਾਰਡ ਦੀ ਗੱਲ ਹੋ ਰਹੀ ਸੀਗੀ ਇਹ ਕਾਂਗਰਸ ਦੇ ਪੋਲੀਟੀਸ਼ੀਅਨ ਦੀ ਅਕਲ 'ਤੇ ਪਰਦਾ ਪਿਆ ਹੋਇਆ ਸੀਗਾ ਤੁਸੀਂ ਦੇਖ ਰਹੇ ਹੋ ਤੁਸੀਂ ਲਾਈਨ ਬਣਾ ਰਹੇ ਹੋ ਸਾਡੇ ਗੁਰੂ ਮਹਾਰਾਜ ਦੇ 2 ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਉਸ ਤਰਫ ਅਤੇ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਡੀ ਇਸ ਤਰਫ ਥੋੜ੍ਹੀ ਜਿਹੀ ਅਗਰ ਕਸਰ ਕਰ 4 ਕਿਲੋਮੀਟਰ ਦਾ ਉੱਥੇ ਦੱਸਣਾ ਨਨਕਾਣਾ ਸਾਹਿਬ ਨੂੰ ਅਗਰ ਰਹਿਣ ਵੀ ਦਿਓ ਕਰਤਾਰਪੁਰ ਸਾਹਿਬ ਦਾ ਇਸ 4 ਕਿਲੋਮੀਟਰ ਇਸ ਤਰਫ ਹੋ ਸਕੇ ਪਹਿਲੀ ਗੱਲ ਦੂਜੀ ਜਦੋਂ ਅਸੀਂ ਇਹ ਫੈਸਲਾ ਕੀਤਾ ਮੋਦੀ ਜੀ ਨੇ ਕਿ ਗੁਰੂ ਮਹਾਰਾਜ ਦੀ 550th 550 ਬਰਥ ਐਨੀਵਰਸਰੀ ਅਸੀਂ ਬੜੇ ਧੂਮਧਾਮ ਨਾਲ ਮਨਾਵਾਂਗੇ ਤਾਂ ਫੈਸਲਾ ਇਹ ਹੋਇਆ ਕਿ ਇੱਕ ਕਮੇਟੀ ਬਣਾਈ ਜਾਏ ਮਾਨਯ ਰਾਜਨਾਥ ਸਿੰਘ ਜੀ ਦੀ ਅਧਿਅਕਸ਼ਤਾ 'ਚ ਇਸ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਸੀ ਉਹਦੇ ਕਈ ਸੁਝਾਅ ਸੀਗੇ ਇੱਕ ਸੀਗਾ ਕਿ ਚੇਅਰਸ ਔਨ ਗੁਰੂ ਨਾਨਕ ਦੇਵ ਜੀ ਸਟੱਡੀਜ਼ ਹੋਣ ਚਾਹੀਦੇ ਫੋਰਨ ਯੂਨੀਵਰਸਿਟੀ ਇਨ ਇੰਡੀਆ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਪ੍ਰਿੰਸੀਪਲਸ 'ਤੇ ਡਿਵੈਲਪ ਕਰਨਾ ਚਾਹੀਦਾ ਅਤੇ ਇੱਕ ਇਹ ਡਿਮਾਂਡ ਸੀਗੀ ਰਿਕਮੈਂਡੇਸ਼ਨ ਕਿ ਕਰਤਾਰਪੁਰ ਸਾਹਿਬ ਦਾ ਲਹਿੰਗਾ ਖੁੱਲ੍ਹਾ ਜਾਵੇ ਉਹ ਅਜੇ ਵੀ ਕਹਿ ਰਹੇ ਦਿਲੋਂ ਕੰਮ ਨਹੀਂ ਕਰਦੇ ਕਹਿੰਦੇ ਪਾਕਿਸਤਾਨ ਗੌਰਮੈਂਟ ਨੇ ਸਭ ਮੈਂ ਤਾਂ ਨਿਊਯਾਰਕ ਵਿੱਚ 6-7 ਸਾਲ ਰਿਹਾ ਤੁਸੀਂ ਸੀਰੀਅਸ ਚੈਨਲ ਹੋ ਇਹੋ ਜਿਹੇ ਬੰਦਿਆਂ ਦੀਆਂ ਤੁਸੀਂ ਗੱਲਾਂ ਨੂੰ ਸੀਰੀਅਸ ਲੈ ਲੈਂਡ ਅਸੀਂ ਅਕਵਾਇਰ ਕਰਤਾ ਫਿਰ ਮੈਂ ਉਹਨੂੰ ਕੰਪਲੀਟ ਕਰਨ ਦਿਓ 22 ਨਵੰਬਰ ਨੂੰ ਮੋਦੀ ਜੀ ਦੇ ਕੈਬਨਿਟ ਨੇ ਅਨਾਊਂਸ ਕਰਤਾ ਉਹਦੇ ਬਾਅਦ ਆ ਗਏ ਸਿੱਧੂ ਸਾਹਿਬ ਸਿੱਧੂ ਸਾਹਿਬ ਨੂੰ ਤੁਸੀਂ ਜਾਣਦੇ ਹੋ ਬੜੇ ਟੈਲੈਂਟਡ ਨੇ ਕ੍ਰਿਕਟਰ ਨੇ ਕਾਮੇਡੀ ਸ਼ੋਅ ਵਾਲੇ ਨੇ ਕੈਬਨਿਟ ਦੇ ਵਿੱਚ ਦੂਰਬੀਨਾਂ ਬਾਰੇ ਲਿਖਿਆ ਹੋਇਆ ਸੀ ਅੱਛਾ ਸੁਣੋ ਮੇਰੀ ਗੱਲ ਸੁਣੋ ਤੁਸੀਂ ਉਸ ਮੰਤਰੀ ਮੰਡਲ ਸ਼ਾਮਲ ਨਹੀਂ ਸੁਣ ਲਓ 2 ਚੀਜ਼ਾਂ ਦੇਖੋ ਬੜੀ ਇੰਟਰਸਟਿੰਗ ਜੇ ਜਦੋਂ ਹੋਰ ਕੋਈ ਗੱਲ ਨਹੀਂ ਬਣਦੀ ਨਾ ਕੰਮ ਕੋਈ ਹੋਰ ਕਰੇ ਕ੍ਰੈਡਿਟ ਤੁਸੀਂ ਲੈ ਲਓ ਤੁਸੀਂ ਬੀਜੇਪੀ ਦੀ ਗੱਲ ਕਰੋ ਕਿ 2 ਬੰਦਿਆਂ ਦੀ ਆਪਸ ਹੀ ਬਣਦੀ ਨਹੀਂ ਬਾਜਵਾ ਸਾਹਿਬ ਨੂੰ ਜਾਣਦੇ ਹੋ ਉਹਨਾਂ ਦੇ ਕੈਪਟਨ ਦੇ ਕਿਹੋ ਜਿਹੇ ਰਿਸ਼ਤੇ ਨੇ ਕੈਪਟਨ ਦੇ ਸਿੱਧੂ ਨਾਲ ਕਿਹੋ ਜਿਹੇ ਰਿਸ਼ਤੇ ਨੇ ਮਿਸਿਸ ਸਿੱਧੂ ਕੀ ਬਿਆਨ ਦੇ ਰਹੀ ਹੈ ਦੇਖੋ ਅਗਰ ਤੁਸੀਂ ਚਾਹੀਏ ਅਗਰ ਤੁਸੀਂ ਕੋਈ ਐਸੇ ਲਿਖਣਾ ਹੋਇਆ ਇਹ ਪਾਰਟੀ ਐਟ ਵਾਰ ਤਾਂ ਤੁਸੀਂ ਕਾਂਗਰਸ ਪਾਰਟੀ 'ਤੇ ਫੋਕਸ ਕਰੋ ਬੀਜੇਪੀ ਨਹੀਂ ਵੀ 11.5 ਕਰੋੜ ਕਾਰਿਆਕਰਤਾ ਨੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਂ ਅਤੇ ਇਸ ਵਾਰੀ 2019 ਦੇ ਚੁਣਾਵ ਦੇ ਬਾਰੇ ਦੇ ਬਾਅਦ ਜੋ ਨਤੀਜੇ ਆਉਣਗੇ ਆਪਾਂ ਫਿਰ ਇੱਕ ਇੰਟਰਵਿਊ ਕਰਾਂਗੇ ਅੱਛਾ ਜੀ ਇਹ ਬਾਰਡਰ ਖੁੱਲ੍ਹਣਾ ਚਾਹੀਦਾ ਵਪਾਰ ਕਾਰੋਬਾਰ ਦੇ ਲਈ ਬਿਲਕੁਲ ਮੈਂ ਇੱਕ ਸੰਕਲਪ ਪੱਤਰ ਪੜ੍ਹ ਲਓ ਨਾ ਮੈਂ ਤਾਂ ਕਿਹਾ 18 ਬਾਰਡਰ ਇੱਕ ਐਂਟਰ ਮੈਂ ਕਿਹਾ ਡਰਾਈ ਪੋਰਟ ਹੋਣਾ ਚਾਹੀਦਾ ਇੰਟਰਨੈਸ਼ਨਲ ਟ੍ਰੇਡ ਸੈਂਟਰ ਹੋਣਾ ਚਾਹੀਦਾ ਸਾਰਾ ਸੰਕਲਪ ਪੱਤਰ ਪੜ੍ਹੋ ਉਹਦੇ ਬਹੁਤ ਧੰਨਵਾਦ ਪੁਰੀ ਸਾਹਿਬ ਤੁਸੀਂ ਵਕਤ ਕੱਢਿਆ ਪੁਰੀ ਸਾਹਿਬ ਵੈਸੇ ਤੁਹਾਡੇ ਉਂਗਲ 'ਤੇ ਨਿਸ਼ਾਨ ਹੈਗਾ ਮੈਨੂੰ ਲੱਗਦਾ ਤੁਸੀਂ ਆਪਦੀ ਵੋਟ ਆਪ ਨੂੰ ਨਹੀਂ ਪਾ ਸਕੋਗੇ ਮੈਨੂੰ ਲੱਗਦਾ ਮੈਂ ਤਾਂ ਦਿੱਲੀ ਹੈ ਮੇਰੀ ਵੋਟ ਮੇਰੀ ਇੱਥੇ ਵੋਟ ਥੋੜ੍ਹੀ ਨਾ ਯਾਰ ਚਲੋ ਇਤਿਹਾਸ ਕਹਿੰਦਾ ਅੰਮ੍ਰਿਤਸਰ ਦਾ ਕਿ 20 ਸਾਲ ਤੋਂ ਜਿਹੜਾ MP ਇੱਥੋਂ ਜਿੱਦਾ ਉਹਦੀ ਸਰਕਾਰ ਸੈਂਟਰ ਵਿੱਚ ਨਹੀਂ ਆਉਂਦੀ ਗੀ ਪੁਰੀ ਸਾਹਿਬ ਕਹਿੰਦੇ ਇਤਿਹਾਸ ਬਦਲਣ ਵਾਲਾ ਪਤਾ ਨਹੀਂ ਕਿਹੜਾ ਇਤਿਹਾਸ ਬਦਲੇਗਾ ਸਵਾਲ ਬੜੇ ਮਹੱਤਵਪੂਰਨ ਹੈ ਕਿ ਪੁਰੀ ਸਾਹਿਬ ਨੇ ਵਕਤ ਦਿੱਤਾ ਹੈਗਾ ਕਿਸੇ ਹੋਰ ਕੈਂਡੀਡੇਟ ਨਾਲ ਫਿਰ ਮੁਲਾਕਾਤ ਹੋਵੇਗੀ ਅੱਜ ਲਈ ਨਹੀਂ ਧੰਨਵਾਦ